ਪੰਜਾਬੀ ਸਤਾਨ ਦੀ ਜਾਨਿਬ ਤੋਂ ਡਾਕਟਰ ਹਰਪਾਲ ਸਿੰਘ ਪੰਨੂ ਜੀ ਦੀ ਰਚਨਾ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਕਿਤਾਬ ਮਹਾਭਾਰਤ ਤੋਂ ਵਿਸ਼ਵ ਯੁੱਧ ਤੱਕ ਰੂਸੀ ਕਹਾਵਤ ਹੈ ਜਿਉਂ-ਜਿਉਂ ਜੰਗਲ ਵਧਿਆ ਕੋਹਾੜੇ ਦਾ ਦਸਤਾਵੀ ਵਧਦਾ ਗਿਆ ਧਰਮ ਦੇ ਸਹੀ ਅਸੂਲਾਂ ਉੱਤੇ ਸੁਖਮ ਬੁੱਧ ਵਿਅਕਤੀਆਂ ਨੇ ਜਦੋਂ ਆਪਣਾ ਡ੍ਰਿੜ ਵਿਸ਼ਵਾਸ ਪ੍ਰਗਟ ਕੀਤਾ ਤਦ ਮੌਤ ਨੇ ਆਪਣੇ ਆਰੇ ਦੇ ਦੰਦੇ ਤਿੱਖੇ ਕੀਤੇ ਰੱਬ ਨੇ ਸ਼ਹੀਦਾਂ ਦੇ ਕਦਮਾਂ ਨਾਲ ਬਣੀਆਂ ਪਗ ਡੰਡੀਆਂ ਨੂੰ ਸ਼ਾਹ ਰਾ ਬਣਾਇਆ ਜਦੋਂ ਕਿ ਜਾਬਰਾਂ ਜਰਵਾਣਿਆਂ ਦੇ ਬਣਾਏ ਰਸਤੇ ਨਕਸ਼ਿਆਂ ਵਿੱਚ ਕਿਧਰੇ ਨਹੀਂ ਦਿਸਦੇ ਥੱਕੀਆਂ ਹਾਰੀਆਂ ਲਾਚਾਰ ਕੌਮਾਂ ਸ਼ਹੀਦਾਂ ਦੀ ਉਂਗਲ ਫੜ ਕੇ ਰਸਤੇ ਲੱਭਦੀਆਂ ਹਨ ਰਸਤਾ ਲੱਭਣਾ ਹੀ ਮੁਸ਼ਕਲ ਕੰਮ ਹੁੰਦਾ ਹੈ ਸਹੀ ਰਸਤਾ ਮਿਲ ਗਿਆ ਤਾਂ ਸਮਝੋ ਮੰਜ਼ਲ ਮਿਲ ਗਈ ਡਾਕਟਰ ਇਕਬਾਲ ਨੇ ਲਿਖਿਆ ਹੈ ਹਰੇਕ ਤੇਜ਼ ਲਹਿਰ ਨੂੰ ਦੇਖ ਕੇ ਮੈਂ ਉਸ ਵਿੱਚ ਸ਼ਾਮਲ ਹੋ ਜਾਂਦਾ ਹਾਂ ਹਾਲੇ ਮੈਨੂੰ ਰਹਿਬਰ ਦੀ ਪਛਾਣ ਨਹੀਂ ਨਾ ਹੋਈ ਜਿਨ੍ਹਾਂ ਇੱਕ ਦੇ ਨਾਂ ਤੇ ਸਦਕ ਬੱਦਾ ਤਿੰਨਾ ਫਿਕਰ ਅੰਦੇ ਸੜਾ ਕਾਸਦਾਈ ਅਜਿਹੀ ਕੋਈ ਗੱਲ ਨਹੀਂ ਕਿ ਸ਼ਹੀਦ ਜੀਵਨ ਨਾਲੋਂ ਮੌਤ ਨੂੰ ਵਧੇਕ ਪਿਆਰ ਕਰਦਾ ਹੋਵੇ ਇਹ ਗੱਲ ਹੁੰਦੀ ਤਾਂ ਆਤਮ ਹੱਤਿਆ ਅਤੇ ਸ਼ਹਾਦਤ ਵਿੱਚ ਕੋਈ ਫਰਕ ਨਾ ਹੁੰਦਾ ਸੱਚ ਇਹ ਹੈ ਕਿ ਸ਼ਹੀਦ ਜੀਵਨ ਨੂੰ ਬਾਕੀ ਆਮ ਲੋਕਾਂ ਨਾਲੋਂ ਵਧੇਰੇ ਪਿਆਰ ਕਰਦਾ ਹੈ ਹਾਂ ਇਹ ਜੀਵਨ ਜੇ ਮਿੱਤਰਾਂ ਪਿਆਰਿਆਂ ਦੇ ਕਾਫਲੇ ਨੂੰ ਹੋਰ ਮੰਗਲਮਈ ਬਣਾਉਣ ਹਿਤ ਲੇਖੇ ਲੱਗ ਜਾਵੇ ਤਾਂ ਉਹ ਖਿੜੇ ਮੱਥੇ ਹੋਣੀ ਨੂੰ ਪ੍ਰਵਾਨ ਕਰਦਾ ਹੈ ਭਾਈ ਨੰਦ ਲਾਲ ਜੀ ਕੋਮਲ ਭਾਵਨਾਵਾਂ ਨਾਲ ਡੂੰਘੇ ਰਹਾਸ ਇਉਂ ਪ੍ਰਗਟ ਕਰਦੇ ਹਨ ਅਸੀਂ ਆਪਣੇ ਪਿਆਰੇ ਅੱਗੇ ਪੇਸ਼ਕਸ਼ ਕੀਤੀ ਦੇ دیدار ਦੀ ਇੱਕ ਚਲਕ ਵਾਸਤੇ ਇਹ ਜਾਨ ਹਾਜ਼ਰ ਹੈ ਉਹ ਨਾ ਉਤਰ ਦਿੱਤਾ ਇੱਥੇ ਕੋਈ ਸੌਦੇਬਾਜ਼ੀ ਨਹੀਂ ਹੋਇਆ ਕਰਦੀ ਸ਼ਹੀਦ ਨੇ ਕੇਵਲ ਇੱਕ ਰਾਹ ਚੁਣਨਾ ਹੁੰਦਾ ਹੈ ਆਪਣੇ ਮਹਿਬੂਬ ਦੇ ਦਰ ਤੱਕ ਲੈ ਜਾਣ ਵਾਲਾ ਤੇ ਫੈਜ਼ ਅਹਿਮਦ ਫੈਜ਼ ਆਕਤਾ ਹੈ ਅੱਗੋਂ ਦੂਜਾ ਰਸਤਾ ਫਾਂਸੀ ਦੇ ਪੰਦੇ ਤੱਕ ਲੈ ਜਾਂਦਾ ਹੈ ਹੋਰ ਕੋਈ ਮੰਜ਼ਲ ਨਹੀਂ ਫਾਂਸੀ ਦਾ ਫੰਦਾ ਜਾਂ ਕਿਰਪਾਨ ਮਾਤ ਜਿਵੇਂ ਮਰਜ਼ੀ ਆਵੇ ਜੀ ਸਦਕੇ ਆਵੇ ਦੁਖਦਾਈ ਨਹੀਂ ਦੁਖਦਾਈ ਉਸ ਦੇ دیدار ਦਾ ਵਿਛੋੜਾ ਹੈ ਮਿਲਾਪ ਨਹੀਂ ਤਾਂ ਸਾਰੀ ਤਰਤੀ ਕਤਲਗਾ ਨਹੀਂ ਤਾਂ ਹੋਰ ਕੀ ਹੋਈ ਇਹ ਕੋਈ ਪਰਿ ਕਹਾਣੀਆਂ ਨਹੀਂ ਹਨ ਗੁਰੂ ਸਾਹਿਬਾਨ ਨੂੰ ਸ਼ਹੀਦ ਕੀਤਾ ਗਿਆ ਜਾਂ ਉਹਨਾਂ ਦੇ ਸੇਵਕਾਂ ਨੂੰ ਬਜ਼ੁਰਗਾਂ ਨੂੰ ਜਾਂ ਮਾਸੂਮ ਸਾਹਿਬਜ਼ਾਦਿਆਂ ਨੂੰ ਉਹਨਾਂ ਦੇ ਵਰਤਾਨ ਦੱਸਣ ਵਾਲਾ ہم درد تاں نیڑے ٹیڑے کوئی موجود نہیں سی اے تاں قاتلا نے ہی سਾਨੂੰ دسیا ہے کہ بند بند کٹوان وقت جا جوندیاں نیہا وچ چنے جان وقت پنتھ دے بزرگ تے بچے اڈول رہے اوناں دی قسمت وچ الہوکیک مسکان لکھی سی جڑی دشمن نو وی سراب نہیں دیندے تتی دوی اوپر بیٹھ کے او بصر گئی سب ذات پرائی ना को बैरी नहीं बेगाना सगल संग हम हमकू बनाई दहज पाठ कर सकते हैं फिर भी छोटे साहेबजाद की शहादत कुछ अजब प्रकार की करामात है बंदी दौरान हर रोज़ सवेर तो शाम तक उन्होंने कष्ट दे के पुछया जाता इस्लाम कबूल करोगे कि मौत इस सवाल के उत्तर उन्हमल बुलों बोल सुनाई दिता मौत ਇਹ ਅਨਮੋਲ ਰਤਨ ਉਹਨਾਂ ਬਾਬਿਆਂ ਦੇ ਅੰਸ਼ ਸਨ ਜਿਨ੍ਹਾਂ ਨੇ ਬਾਬਾ ਫਰੀਦ ਜੀ ਦੀ ਪਵਿੱਤਰ ਬਾਣੀ ਸ੍ਰੀ ਗੁਰੂ ਮਹਾਰਾਜ ਵਿੱਚ ਕਲਮਬੰਦ ਕੀਤੀ ਤੇ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਨੀਂਹ ਹਜ਼ਰਤ ਮੀਆਂ ਮੀਰ ਤੋਂ ਰਖਵਾਈ ਇਸ ਕਰਕੇ ਇਸਲਾਮ ਪ੍ਰਤੀ ਬੇਅਦਬੀ ਇਸ ਖਾਨਦਾਨ ਦੇ ਖਾਬਾਂ ਵਿੱਚ ਵੀ ਨਹੀਂ ਆ ਸਕਦੀ ਸੀ ਸਾਹਿਬਜ਼ਾਦਿਆਂ ਨੂੰ ਜੋ ਪਰਵਾਨ ਨਹੀਂ ਸੀ ਉਹ ਸੀ ਵਜ਼ੀਰ ਖਾਨ ਕਾਜ਼ੀ ਅਤੇ ਦੀਵਾਨ ਸੁਚਾ ਨੰਦ ਦੀਆਂ खुंखार किरपाना लहू चौंधिया किरपाना राही इस्लाम संघ वो हेठा उतारना इस्लाम यह नहीं है साहेबजाद ने अपने खून नरती दे वरके उपर अपनी मोहर ला के सबत किया कि सिदक ईमान पास सी ना काजी पास ना हुकूमत पास इन्होंकिया जिंदा ने सबत किया कि वडेरी उम्र कोई खास फखर करन योग प्राप्ति नहीं ਜੇ ਇਹਨੇ ਮਹਾਨ ਕਾਰਜ ਛੋਟੀ ਉਮਰ ਵਿੱਚ ਹੋ ਸਕਦੇ ਹਨ ਤਾਂ ਫਿਰ 100 100 ਸਾਲ ਵਿਅਰਥ ਜੀਣ ਦਾ ਕੀ ਲਾਭ ਸੰਸਾਰ ਇਹ ਜਾਣਦਾ ਸੀ ਕਿ ਰਤਾ ਕੋ ਛੱਟ ਲੱਗਣ ਨਾਲ ਖੂਨ ਦੀ ਇੱਕ ਬੂੰਦ ਦੇਖਣਸਾਰ ਬੱਚੇ ਰੋਣ ਲੱਗ ਜਾਂਦੇ ਹਨ ਪਰ ਤਸਿਹ ਦੇ ਦੇਖ ਕੇ ਜਦੋਂ ਉਹਨਾਂ ਨੂੰ ਜੀਵਨ ਅਤੇ ਮੌਤ ਵਿੱਚੋਂ ਇੱਕ ਚੁਣਨ ਲਈ ਹਰ ਰੋਜ਼ ਕਿਹਾ ਜਾਂਦਾ ਸੀ ਤਦ ਉਹ ਨਿਮਰਤਾ ਨਾਲ ਮੌਤ ਚੁਣਦੇ ਬੋਧ ਵਾਕ ਹੈ ਪਲ ਅਤੇ ਯੁੱਗ ਵਿੱਚ ਫਰਕ ਨਹੀਂ ਜਿਸ ਕਰਮਾ ਵਾਲੇ ਪਲ ਨੂੰ ਇਹ ਰਹਾਸ ਸਮਝ ਆ ਗਿਆ ਉਹ ਯੁੱਗ ਹੋ ਗਿਆ ਜਿਸ ਅਪਾਗੇ ਯੁੱਗ ਨੂੰ ਇਸ ਭੇਦ ਦਾ ਪਤਾ ਨਾ ਲੱਗਾ ਉਹ ਪਲ ਵਾਂਗ ਨਸ਼ਟ ਹੋਇਆ ਬਾਦਸ਼ਾਹ ਦਰਵੇਸ਼ ਪਿਤਾ ਦੇ ਨਾਜ਼ੁਕ ਸਾਹਿਬਜ਼ਾਦਿਆਂ ਨੇ ਜਨਮ ਤੋਂ ਲੈ ਕੇ ਮੋਰਿੰਡੇ ਗ੍ਰਿਫਤਾਰੀ ਤੱਕ ਕਦੀ ਕੋਈ ਔਖ ਕੋਈ ਸੰਕਟ ਨਹੀਂ ਦੇਖਿਆ ਸੀ ਏਨਾ ਇਲਾਹੀ ਰਾਜਕੁਮਾਰਾ ਨੇ ਸੁਖ ਮौज ਅਤੇ مخਮਲਾਂ ਰੇਸ਼ਮ ਦੇਖੇ ਪੈਨੇ ਸਨ ਪਰ ਇਹ ਇਨੇ ਸਖਤ ਜਾਨ ਨਿਕਲੇ ਜਿਵੇਂ ਯੋਗ ਤੋ ਤਪ ਸਾਧਨਾ ਰਾਹੀ ਇਸ ਸ਼ਾਦਤ ਲਈ ਰਿਆਜ਼ ਕਰ ਰਹੇ ਹੋਣ ਅਸੀਂ ਆਪਣੇ ਪਿਆਰੇ ਗੁਰੂ ਸਹਿਬਾਨ ਬਾਰੇ ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਜਾਂ ਬਾਬਾ ਬੰਦਾ ਬਹਾਦਰ ਬਾਰੇ ਇਹ ਆਖ ਕੇ ਸੋਚ ਕੇ ਦਿਲ ਟਿਕਾ ਲੈਂਦੇ ਹਾਂ ਕਿ ਉਹਨਾਂ ਨੇ ਆਪਣੇ ਆਪ ਨੂੰ ਸ਼ਹਾਦਤ ਨਾਮ ਦੀ ਹੋਣੀ ਨੂੰ ਮਿਲਣ ਲਈ ਤਿਆਰ ਕਰ ਲਿਆ ਸੀ ਉਹ ਸਮਰੱਥਾवान ਸਨ ਪਰ ਸਾਹਿਬਜ਼ਾਦਿਆਂ ਨੇ ਸਾਬਤ ਕੀਤਾ ਕਿ ਮੌਤ ਨੂੰ ਮਿਲਣ ਲਈ ਕਿਸੇ ਲੰਮੀ ਤਿਆਰੀ ਦੀ ਲੋੜ ਹੀ ਨਹੀਂ ਨਾ ਕੋਈ ਹੱਥ ਅਭਿਆਸ ਨਾ ਕਿਸੇ ਯੋਗ ਦੀ ਸਾਧਨਾ ਕੁਝ ਵੀ ਨਹੀਂ ਦਾਦੀ ਮਾਂ ਦੀ ਗੋਦ ਵਿੱਚੋਂ ਉੱਠ ਕੇ ਬਰਫ਼ ਉੱਤੇ ਜਾ ਬੈਠਣਾ ਬਰਫ਼ ਉਤੋਂ ਉੱਠ ਕੇ ਬੜ ਦੇ ਅੰਗਿਆਰਾਂ ਉੱਪਰ ਥਿਰ ਹੋ ਜਾਣਾ ਉਨਾਂ ਲਈ ਇੰਨੀ ਆਸਾਨ ਗੱਲ ਸੀ ਜਿਵੇਂ ਗਾਉਂਦੀ ਗਾਉਂਦੀ ਕੋਇਲ ਇੱਕ ਰੁੱਖ ਤੋਂ ਉੱਡੇ ਤੇ ਦੂਜੇ ਉੱਤੇ ਬੈਠ ਕੇ ਮੋੜ ਗਾਉਣ ਲੱਗੇ ਜ਼ਿੰਦਗੀ ਦੇ ਰੁੱਖ ਤੋਂ ਸਹਿਜ ਸੁਭਾ ਉਹ ਮੌਤ ਦੇ ਦਰਖਤ ਉੱਤੇ ਬੈਠ ਕੇ ਗਾਉਂਦੇ ਰਹੇ ਇਹੋ ਜਿਹੀ ਵਿਦਿਆ ਉਹ ਕਦੋਂ ਸਿੱਖੇ ਸਨ ਸਾਨੂੰ ਕੋਈ ਪਤਾ ਨਹੀਂ ਲੱਗਦਾ ਅਰਜਨ ਡੋਲ ਗਿਆ ਸੀ ਤਾਂ ਕ੍ਰਿਸ਼ਨ ਜੀ ਨੇ ਗੀਤਾ ਉਪਦੇਸ਼ ਦੇ ਕੇ ਹਥਿਆਰ ਚੁਕਵਾਏ ਇਸ ਮਹਾਭਾਰਤ ਵਿੱਚ ਮਾਂ ਗੁਜਰੀ ਨੇ ਭਗਵਾਨ ਕ੍ਰਿਸ਼ਨ ਦਾ ਰੋਲ ਨਿਭਾਇਆ ਅਰਜਨ ਜਵਾਨ ਸੀ ਫਿਰ ਵੀ ਦੇਰ ਬਾਅਦ ਸਮਝਿਆ ਮਾਂ ਗੁਜਰੀ ਦੀ ਗੱਲ ਮਾਸੂਮ ਬੱਚੇ ਤੁਰੰਤ ਸਮਝ ਗਏ ਮੇਰੇ ਵਰਗੇ ਦੁਨੀਆਦਾਰ ਵਾਸਤੇ ਬਹੁਤ ਔਖਾ ਹੈ ਇਹ ਸਮਝ ਸਕਣਾ ਕਿ ਬਰਫ ਅੱਗ ਵਿੱਚ ਨਾ ਪੰਗਰੇ ਕਿ ਕੋਇਲਾ ਬਰਫ ਵਿੱਚ ਦਬ ਕੇ ਵੀ ਨਾ ਬੁਝੇ ਪੋ ਦੀਆਂ ਸਰਦ ਯਖ ਰਾਤਾਂ ਠੰਡੇ ਬੁਰਜ ਦੀ ਕੈਦ ਦਿਨ ਪਰ ਦਿਲ ਕੰਬਾਉ ਤਸੀਹੇ ਭੁੱਖ ਪਿਆਸ ਉਨਿੰਦਰਾ ਕਦੀ ਦੋਹਾਂ ਨੂੰ ਇਕੱਠਿਆਂ ਰੱਖ ਕੇ ਕਦੀ ਵਕ ਵਕ ਤੰਗ ਕਰਕੇ ਲਗਾਤਾਰ ਜ਼ਿੰਦਗੀ ਦੀ ਪੇਸ਼ਕਸ਼ ਕੀਤੀ ਜਾਂਦੀ ਇਸਲਾਮ ਕਬੂਲ ਕਰੋਗੇ ਤਾਂ ਜੀਵਨ ਦਾ ਹਰ ਸੁਖ ਹਰ ਸੁਵਿਧਾ ਮੌਜੂਦ ਹੈ ਇੱਕ ਦਿਨ ਦਲੀਪ ਕੌਰ ਟਿਵਾਣਾ ਨੇ ਕਿਹਾ ਇਹ ਗੱਲ ਮੰਨਣ ਯੋਗ ਨਹੀਂ ਲੱਗਦੀ ਕਿ ਮਾਂ ਗੁਜਰੀ ਆਪਣੇ ਮਿੱਠੇ ਲਾਲਾ ਨੂੰ ਮੌਤ ਕਬੂਲ ਕਰਨ ਲਈ ਪ੍ਰੇਰਣਾ ਦਿੰਦੀ ਹੋਵੇ ਕੋਈ ਮਾਂ ਅਜੇਹਾ ਕਰ ਹੀ ਨਹੀਂ ਸਕਦੀ ਇਹ ਸਹੀ ਹੈ ਕਿ ਕੋਈ ਮਾਂ ਅਜਿਹਾ ਨਹੀਂ ਕਰ ਸਕਦੀ ਪਰ ਮਾਂ ਗੁਜਰੀ ਨੇ ਉਹ ਕੀਤਾ ਜੋ ਕਦੀ ਸੰਭਵ ਨਹੀਂ ਹੋਇਆ ਕਰਦਾ ਤਦੇ ਤਾਂ ਜ਼ਮਾਨਾ ਉਹਨਾਂ ਦੀ ਯਾਦ ਵਿੱਚ ਉਸ ਧਰਤੀ ਉੱਪਰ ਆਪਣਾ ਮੱਥਾ ਚੁਹਾਉਂਦਾ ਹੈ ਕੁੱਲ ਸੰਸਾਰ ਦਾ ਸੁੱਖ ਮੰਗਦੇ ਮੰਗਦੇ ਦਾਦੀ ਮਾਂ ਅਤੇ ਬੱਚੇ ਪੂਰੇ ਜਲੌ ਨਾਲ ਪੂਰਨ ਸ਼ਾਨ ਨਾਲ ਇਥੋਂ ਵਿਦਾ ਹੋਏ ਸਨ ਤਨ ਹੈ ਮਹਾਰਾਜ ਸੱਚਾ ਪਾਤਸ਼ਾਹ ਮਾਵਾ ਜੀਵਨਦਾਨ ਦੇਣ ਵਾਲੇ ਅਨੰਤ ਮਿੱਠੇ ਚਸ਼ਮੇ ਹੁੰਦੇ ਹਨ ਇਹ ਸਹੀ ਹੈ ਪਰ ਜਿਨ੍ਹਾਂ ਨੂੰ ਚਸ਼ਮਿਆਂ ਦੇ ਸਰੋਤ ਦਾ ਪਤਾ ਹੈ ਉਹ ਸਿਦਕਵਾਨ ਮਾਵਾ ਉਹਨਾਂ ਧਰਤੀ ਵੱਲ ਆਈਆਂ ਬੂੰਦਾਂ ਨੂੰ ਚੁੱਕ ਕੇ ਦੁਬਾਰਾ ਉਸੇ ਉੱਚੇ ਮੂਲ ਸਰੋਤ ਤੱਕ ਵਾਪਸ ਲੈ ਜਾਂਦੀਆਂ ਹਨ ਜਿੱਥੇ ਮਾਤਾ ਗੁਜਰੀ ਸਾਹਿਬਜ਼ਾਦਿਆਂ ਨੂੰ ਲੈ ਗਏ ਫਰਸ਼ ਤੋਂ ਉਠਾ ਕੇ ਉਸੇ ਅਰਸ਼ ਤੱਕ ਜਿੱਥੋਂ ਉਹ ਆਏ ਸਨ ਸਮਾ ਤੇਜ਼ ਗਤੀ ਕਰਦਾ ਹੋਇਆ ਬਹੁਤ ਵੱਡਾ ਚੱਕਰ ਹੈ ਇੰਨਾ ਵੱਡਾ ਚੱਕਰ ਜਿਸ ਦਾ ਵਿਆਸ ਅਨੰਤ ਦੂਰੀ ਤੱਕ ਲੰਮਾ ਸਭ ਜਾਣਦੇ ਹਨ ਕਿ ਚੱਕਰ ਦੇ ਕੇਂਦਰ ਵਿੱਚ ਗਤੀ ਧੀਮੀ ਹੁੰਦੀ ਹੈ ਤੇ ਜਿਉਂ-ਜਿਉਂ ਚੱਕਰ ਦੇ ਕਿਨਾਰੇ ਵੱਲ ਬਾਹਰ ਵੱਲ ਵਧਦੇ ਜਾਈਏ ਤਦ ਇਹ ਰਫਤਾਰ ਤੇਜ਼ ਹੁੰਦੀ ਜਾਂਦੀ ਹੈ ਸ਼ਹੀਦ ਉਹ ਮਹਾਨਾਇਕ ਹੈ ਜਿਹੜਾ ਕਾਲ ਚੱਕਰ ਦੇ ਐਨ ਬਾਹਰਲੇ ਸਿਰੇ ਦੀ ਤਿੱਖੀ ਤਾਰ ਉੱਪਰ ਖੇਡਦਾ ਹੈ ਕੁਝ ਸਿਆਣੇ ਬੰਦੇ ਆਪਣੀ ਮੀਟਿੰਗ ਕਰਕੇ ਸਾਧਾਰਨ ਮੌਤ ਨੂੰ ਸ਼ਹਾਦਤ ਦਾ ਰੁਤਬਾ ਦੇਣ ਦਾ ਮਤਾ ਪਾਸ ਕਰ ਦੇਣ ਤਦ ਇਹ ਸਿੱਕਾ ਚੱਲੇਗਾ ਨਹੀਂ ਇਵੇਂ ਹੀ ਸ਼ਹੀਦ ਦੇ ਖਿਲਾਫ ਮਤੇ ਪਾਸ ਕਰਨ ਨਾਲ ਵੀ ਉਸ ਨੂੰ ਕੋਈ ਫਰਕ ਨਹੀਂ ਪਵੇਗਾ ਕਿਦਰੇ ਵਜ਼ੀਰ ਖਾਨ ਟਕਰੇ ਉਹ ਅੱਜ ਵੀ ਇਹੋ ਆਖੇਗਾ ਕਿ ਸਾਹਿਬਜ਼ਾਦੇ ਕਾਫਰ ਸਨ ਕਿ ਉਹ ਤਾਂ ਉਹਨਾਂ ਨੂੰ ਈਮਾਨ ਵਾਲੇ دین ਵਾਲੇ ਅੱਲਾਹ ਵਾਲੇ ਰਸਤੇ ਪਾਉਣਾ ਚਾਹੁੰਦਾ ਸੀ ਸ਼ਹਾਦਤ ਦਾ ਦਰਜਾ ਸੰਸਾਰ ਦੀ ਹਰੇਕ ਗਿਣਤੀ ਹਰੇਕ ਹਿਸਾਬ ਤੋਂ ਵੱਖਰਾ ਤੇ ਵੱਡਾ ਹੁੰਦਾ ਹੈ ਸਿਆਣੇ ਲੋਕ ਤਾਂ ਅੱਜ ਵੀ ਇਹ ਕਹਿਣ ਲਈ ਤਿਆਰ ਹਨ ਕਿ ਸਾਹਿਬਜ਼ਾਦਿਆਂ ਨੇ ਜਾਨ ਗਵਾ ਕੇ ਕੀ ਘਟਿਆ ਫਰੈਡਰਿਕ ਨੀਚੇ ਦਾ ਕਥਨ ਹੈ ਜਿੱਥੇ ਕਿਤੇ ਅਕਲ ਦਾ ਰੁੱਖ ਉੱਗਿਆ ਉਥੇ ਸਵਰਗ ਹੁੰਦਾ ਹੈ ਆਧੁਨਿਕ ਅਤੇ ਪ੍ਰਾਤਨ ਸਾਰੇ ਅਜਗਰ ਇਹੋ ਆਖਦੇ ਆਏ ਹਨ ਸ਼ਹੀਦ ਅਕਲ ਅਤੇ ਇਲਮ ਦੀ جہਾਲਤ ਤੋਂ ਮੁਕਤ ਸੁਤੰਤਰ ਦਰੂਤਾਰਾ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਇਸ ਗੱਲ ਦਾ ਅਫਸੋਸ ਹੋਇਆ ਕਿ ਪਿਤਾ ਉਹਨਾਂ ਨੂੰ ਸਹੀ ਨਹੀਂ ਸਮਝਦੇ ਫਿਰ ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਦਾਸ ਬਾਰੇ ਵੀ ਉਹਨਾਂ ਦੇ ਇਹੋ ਜਿਹੇ ਖਿਆਲ ਹੋਣਗੇ ਕਿ ਗੁਰਮਤ ਨੂੰ ਉਹ ਉਸ ਪ੍ਰਕਾਰ ਨਹੀਂ ਸਮਝ पाए ਜਿਵੇਂ ਪਾਈ ਲੈਣਾ ਜੀ ਸਮਝ ਗਏ ਪਿਤਾ ਮਹਿਤਾ ਕਲਿਆਣ ਰਾਏ ਫਿਰ ਗੁਰੂ ਨਾਨਕ ਦੇਵ ਮਹਾਰਾਜ ਫਿਰ ਗੁਰੂ ਜੀ ਦੇ ਪੁੱਤਰ ਅੱਜ ਦੀ ਬੋਲੀ ਵਿੱਚ ਲੋਕ ਇਸ ਨੂੰ ਪੀੜੀ ਦਾ فاਸਲਾ ਕਹਿਣਗੇ ਜਨਰੇਸ਼ਨ ਗੈਪ ਦਸਵੇਂ ਜਾਮੇ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਨੇ ਪੀੜੀਆਂ ਦਾ فاਸਲਾ ਮਿਟਾ ਦਿੱਤਾ ਜਿਹੋ ਜਿਹੋ ਗੁਰੂ ਕਲਗੀਧਰ ਉਹੋ ਜਿਹੇ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਉਹੋ ਜਿਹੇ ਉਹਨਾਂ ਦੇ ਚਾਰੇ ਸਾਹਿਬਜ਼ਾਦੇ ਉਹੋ ਜਿਹੇ ਹੀ ਮਾਂ ਗੁਜਰੀ ਕੋਈ ਫਰਕ ਨਹੀਂ ਦਿਸਦਾ ਅਜਬ ਫਕੀਰਾਂ ਦੀ ਮਸਤ ਟੋਲੀ ਗ਼ਜ਼ਬ ਦੇ ਕਰਿਸ਼ਮੇ ਦਿਖਾ ਕੇ ਲੋਪ ਹੋ ਗਈ ਮਲੇਰ ਕੋਟਲੇ ਦਾ ਨਵਾਬ ਸਾਹਿਬਜ਼ਾਦਿਆਂ ਨੂੰ ਬਚਾ ਨਹੀਂ ਸਕਿਆ ਤਾਂ ਵੀ ਗੁਰੂ ਪੰਥ ਦੇ ਮਨ ਵਿੱਚ ਉਸ ਦਾ ਸਤਕਾਰ ਬਣਿਆ ਉਹ ਸਾਧਾਰਨ ਛੋਟਾ ਹਾਕਮ ਹੀ ਸੀ ਜਿਹੋ ਜਿਹੇ ਉਸ ਵਕਤ ਉਸ ਵਰਗੇ ਹਕੂਮਤ ਵਿੱਚ ਹੋਰ ਬਥੇਰੇ ਸਨ ਉਸ ਵਿੱਚ ਜੇ ਕੋਈ ਫਰਕ ਸੀ ਉਹ ਇਹ ਕਿ ਉਹ ਇਸਲਾਮ ਨੂੰ ਤੇ ਹਜ਼ਰਤ ਮੁਹੰਮਦ ਸਾਹਿਬ ਨੂੰ ਪਿਆਰ ਕਰਦਾ ਸੀ ਉਹ ਕੋਈ ਬੰਦਗੀ ਕਰਨ ਵਾਲਾ ਬੜਾ ਭਲਾ ਮਾਨਸਬੰਦਾ ਨਹੀਂ ਸੀ ਸਿੱਖਾਂ ਉੱਪਰ ਉਸਨੇ ਹਮਲੇ ਕੀਤੇ ਹਮਲਿਆਂ ਦਾ ਟਾਕਰਾ ਕੀਤਾ ਪਰ ਉਹ ਇਹ ਨਾ ਜਾਣਦਾ ਸੀ ਇਸਲਾਮ ਮਾਸੂਮ ਬੱਚਿਆਂ ਦੇ ਕਤਲ ਦੀ ਇਜਾਜ਼ਤ ਨਹੀਂ ਦਿੰਦਾ ਉਹ ਜਦੋਂ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਬੋਲਿਆ ਤਾਂ ਵਜ਼ੀਰ ਖਾਨ ਨੇ ਕਿਹਾ ਕਾਫਰਾਂ ਨਾਲ ਹੀਜ ਕਿਉਂ ਜਤਾ ਰਹੇ ਹੋ ਸ਼ੇਰ ਮੁਹੰਮਦ ਖਾਨ ਨੇ ਕਿਹਾ ਕਾਫਰਾਂ ਨਾਲ ਕੋਈ ਪਿਆਰ ਨਹੀਂ ਇਸਲਾਮ ਨਾਲ ਤੇ ਸ਼ਰਾ ਨਾਲ ਪਿਆਰ ਹੈ ਦੁੱਧ ਚੁੰਗਦੇ ਬੱਚਿਆਂ ਨੂੰ ਖਤਲ ਕਰਨ ਦਾ ਫੈਸਲਾ ਇਸਲਾਮ ਵਿਰੋਧੀ ਹੈ ਤੁਹਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਪਰ ਵਜ਼ੀਰ ਖਾਨ ਦੀ ਕਿਸਮਤ ਵਿੱਚ ਨੇਕੀ ਨਹੀਂ ਲਿਖੀ ਸੀ ਜੇ ਉਹ ਸ਼ੇਰ ਮੁਹੰਮਦ ਖਾਨ ਦੀ ਗੱਲ ਮੰਨ ਲੈਂਦਾ ਤਾਂ ਬਾਬਾ ਬੰਦਾ ਸਿੰਘ ਦੇ ਹੱਥੋਂ ਲੱਖਾਂ ਮੁਸਲਮਾਨਾਂ ਦਾ ਕਤਲ ਹੋਣੋਂ ਬਚ ਸਕਦਾ ਸੀ ਸ਼ੇਰ ਮੁਹੰਮਦ ਮੁਸਲਮਾਨਾਂ ਨੂੰ ਬਚਾਉਣਾ ਚਾਹੁੰਦਾ ਸੀ ਨਹੀਂ ਬਚਾ ਸਕਿਆ ਬਾਬਾ ਬੰਦਾ ਸਿੰਘ ਦੀ ਫੌਜ ਵਿੱਚ ਸ਼ਾਮਲ ਹੋਣ ਲਈ ਮਜਾਇਲ ਕੀਰਤਪੁਰ ਸਾਹਿਬ ਵਾਲੇ ਪਾਸਿਓਂ ਜਦੋਂ ਬਨੂੜ ਵੱਲ ਵੱਧਦੇ ਆ ਰਹੇ ਸਨ ਤਦ ਸ਼ੇਰ ਮੁਹੰਮਦ ਨੇ ਉਹਨਾਂ ਦਾ ਰਸਤਾ ਘੇਰਿਆ ਰੋਪੜ ਦੋ ਦਿਨ ਗਹਿ ਘੱਚ ਲੜਾਈ ਹੋਈ ਅਖੀਰਲੇ ਤੀਜੇ ਦਿਨ ਦੁਪਹਿਰ ਤੱਕ ਤਾਂ ਸ਼ੇਰ ਮੁਹੰਮਦ بار بار ਕੇਵਲ ਇਸ ਲਈ ਸੈਨਿਕ ਚਪਟਾ ਮਾਰਦਾ ਰਿਹਾ ਕਿ ਉਹ ਆਪਣੇ ਭਰਾ ਖਿਜਰ ਖਾਨ ਤੇ ਭਤੀਜੇ ਨਸ਼ਤਰਖਾਨ ਦੀਆਂ ਲਾਸ਼ਾਂ ਤਾਂ ਕਟੋ-ਕਟ ਦਫ਼ਨ ਕਰਨ ਵਾਸਤੇ ਲਿਜਾ ਸਕੇ ਉਸ ਦੀ ਪ੍ਰਾਪਤੀ ਬਸ ਇਹੀ ਰਹੀ ਕਿ ਉਹ ਇਹ ਲਾਸ਼ਾਂ ਕਬਜ਼ੇ ਵਿੱਚ ਕਰਕੇ ਮਲੇਰਕੋਟਲੇ ਵੱਲ ਪਰਤ ਗਿਆ ਤੇ ਮਜੈਲ ਸਿੱਖ ਸੈਨਾ ਬਾਬਾ ਬੰਦਾ ਸਿੰਘ ਦੀ ਸੈਨਾ ਵਿੱਚ ਆ ਮਿਲੀ ਸਿੱਖਾਂ ਨੇ ਹਾਰੇ ਨਵਾਬ ਦਾ ਪਿੱਛਾ ਨਹੀਂ ਕੀਤਾ ਜਦੋਂ ਪੂਰੀ ਤਿਆਰੀ ਕਰਕੇ ਬਾਬਾ ਬੰਦਾ ਸਿੰਘ ਸਰਹੰਦ ਵੱਲ ਵਧਣ ਲੱਗੇ ਤਾਂ ਰਸਤੇ ਵਿੱਚ ਹੀ ਚੱਪੜਚੜੀ ਦੇ ਮੈਦਾਨ ਵਿੱਚ ਸਰਹੰਦੋਂ ਦੂਰ ਇਸ ਡੇਟਾ ਕਰੇ ਲਈ ਵਜ਼ੀਰ ਖਾਨ ਪੂਰੇ ਹਥਿਆਰ ਬੰਦ ਲਸ਼ਕਰ ਸਮੇਤ ਅਗੋਂ ਆ ਟਕਰਿਆ ਤਦ ਉਸ ਦੇ ਸੱਜੇ ਪਾਸੇ ਦੀਵਾਨ ਸੁਚਾਨੰਦ ਸੀ ਅਤੇ ਖੱਬੇ ਪਾਸੇ ਨਵਾਬ ਮਲੇਰ ਕੋਟਲਾ ਸ਼ੇਰ ਮੁਹੰਮਦ ਖਾਨ ਕਮਸਾਨ ਦੇ ਇਸ ਯੁੱਧ ਵਿੱਚ ਸ਼ੇਰ ਮੁਹੰਮਦ ਅਤੇ ਵਜ਼ੀਰ ਖਾਨ ਦੀਆਂ ਲਾਸ਼ਾਂ ਤਾਂ ਪ੍ਰਾਪਤ ਹੋ ਗਈਆਂ ਪਰ ਸੁਚਾਨੰਦ ਅਤੇ ਉਸ ਦਾ ਜਵਾਨ ਪੁੱਤਰ ਕਿੱਧਰ ਗਏ ਕਿਵੇਂ ਰਹੇ ਕਿਵੇਂ ਮਰੇ ਇਸ ਗੱਲ ਦਾ ਅੱਜ ਤੱਕ ਪਤਾ ਨਹੀਂ ਲੱਗਾ ਇਸ ਜੰਗ ਪਿਛੋਂ ਕਿਸੇ ਨੇ ਕਦੀ ਉਹਨਾਂ ਨੂੰ ਕਿਦਰੇ ਨਹੀਂ ਦੇਖਿਆ ਖੁਰਾ ਖੋਜ ਨਹੀਂ ਮਿਲਿਆ ਸ਼ੇਰ ਮੁਹੰਮਦ ਦੀਆਂ ਇਹਨਾਂ ਜੰਗਾਂ ਦਾ ਪੰਥ ਨੇ ਕਦੀ ਬੁਰਾ ਨਹੀਂ ਮਨਾਇਆ ਕਿਉਂਕਿ ਯੁੱਧ ਦੇ ਮੈਦਾਨ ਵਿੱਚ ਟਕਰਨਾ ਜੰਗਬਾਜ਼ਾਂ ਦਾ ਫਰਜ਼ ਹੁੰਦਾ ਹੈ ਉਹ ਵਜ਼ੀਰ ਖਾਨ ਨੂੰ ਇਹੀ ਕਹਿੰਦਾ ਸੀ ਕਿ ਸਾਹਿਬਜ਼ਾਦੇ ਸਾਡੇ ਨਾਲ ਮੁਕਾਬਲਾ ਕਰਨ ਜੋਗੇ ਨਹੀਂ ਹਨ ਇਹਨਾਂ ਦੇ ਪਿਤਾ ਨੂੰ ਮੈਦਾਨ ਵਿੱਚ ਟਕਰਾਂਗੇ ਤੇ ਪਛਾੜਾਂਗੇ ਉਹਨਾਂ ਦੀ ਮਨਸ਼ਾ ਸਹੀ ਸੀ ਨੀਤ ਹੀ ਦੇਖਣੀ ਹੁੰਦੀ ਹੈ ਨਤੀਜੇ ਕਈ ਵਾਰ ਭਾਵੇਂ ਅਜੀਬ ਹੀ ਨਿਕਲਣ ਸਰਹੰਦ ਸ਼ਹਿਰ ਸ਼ਾਨਦਾਰ ਸ਼ਹਿਰ ਰੌਣਕਾਂ ਭਰਿਆ ਸ਼ਹਿਰ ਥੇ ਹੋ ਗਿਆ ਜਮਨਾ ਤੋਂ ਲੈ ਕੇ ਸਿੰਧ ਤੱਕ ਦੋ ਹੀ ਤਾਂ ਮਹਾਨਗਰ ਸੰ ਲਾਹੌਰ ਤੇ ਸਰਹੰਦ ਸਰਹੰਦ ਸ਼ਹਿਰ ਦੇ ਮੱਥੇ ਉੱਪਰ ਦੋ ਦਾਗ ਲੱਗੇ ਹੋਏ ਹਨ ਪਹਿਲਾ ਦਾਗ ਉਦੋਂ ਲੱਗਾ ਸੀ ਜਦੋਂ ਸ਼ੇਖ ਅਹਿਮਦ ਸਰਹੰਦੀ मुजद अल फसानी ने गुरु अर्जन देव जी विरुद्ध साजिशा करके उन्होंने बादशाह जहंगीर हथों शहीद करवाया साजिश का केंद्र सरहद से दूजा दाग मासूम साहेबजाद का वजीर खान हथों कतल होना है अठारहवीं सदी दे सिख किया करते सन वा पाप होया है सरहद शहर उपर लोहे का सुहागा फिरेगा ਇਹ ਭਵਿੱਖ ਬਾਣੀ ਉਦੋਂ ਸੱਚ ਸਾਬਤ ਹੋਈ ਜਦੋਂ ਰੇਲਵੇ ਦੇ ਠੇਕੇਦਾਰ ਨੇ ਲਾਈਨ ਵਿਛਾਉਣ ਦਾ ਅੰਗਰੇਜ਼ਾਂ ਪਾਸੋਂ ਠੇਕਾ ਲੈ ਕੇ ਸਰਹੰਦ ਦਾ ਸਾਰਾ ਮਲਬਾ ਚੁਕਵਾ ਕੇ ਰੇਲ ਲਾਈਨ ਇੱਥਾਂ ਵਿਛਾ ਦਿੱਤੀ ਦਰਜਨਾ ਲੋਹੇ ਦੇ ਸੁਹਾਗੇ ਸਰਹੰਦ ਨੂੰ ਲਟਾੜਦੇ ਹੋਏ ਇਸ ਉੱਪਰ ਦੀ ਲੰਘਦੇ ਹਨ ਹੁਣ ਤੱਕ ਸਿੱਖ ਯਾਤਰੂ ਸਰਹੰਦ ਦੀ ਇੱਕ ਅੱਧ ਇੱਟ ਚੁੱਕ ਕੇ ਸਤਲੁਜ ਜਮਨਾ ਜਾਂ ਕਿਸੇ ਹੋਰ ਦਰਿਆ ਵਿੱਚ ਸੁੱਟਣ ਨੂੰ ਪੁੰਨ ਕਰਮ ਸਮਝਦੇ ਹਨ ਮੈਨੂੰ ਅਜੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗਾ ਕਿ ਸ਼ੇਖ ਈਮਦ ਸਰਹੰਦੀ ਦਾ ਮੁ슬ਮਾਨਾਂ ਵਿੱਚ ਇੰਨਾ ਸਤਕਾਰ ਕਿਉਂ ਹੈ ਮੁ슬ਮਾਨ ਵਿਦਵਾਨ ਉਸ ਦਾ ਨਾਮ ਲੈਣ ਲੱਗੇ ਕਈ-ਕਈ ਵਿਸ਼ੇਸ਼ਣ ਜੋੜਦੇ ਹਨ ਰੋਜ਼ਾ ਸ਼ਰੀਫ ਦੀ ਜ਼ਿਆਰਤ ਕਰਦੇ ਹਨ ਏ ਸ਼ੇਖ ਵਿਦਵਾਨ ਹੋਵੇ ਤਾਂ ਹੋਵੇ ਫਕੀਰ ਅਤੇ ਅੱਲਾ ਦਾ ਬੰਦਾ ਕਦਾ ਚਿਤ ਨਹੀਂ ਹੋ ਸਕਦਾ ਕਿਉਂਕਿ ਗੁਰੂ ਅਰਜਨ ਦੇਵ ਜਿਹੇ ਪੈਗੰਬਰ ਦਾ ਗਾਤਲ ਫਕੀਰ ਕਿਵੇਂ ਹੋ ਸਕਦਾ ਹੈ ਮਲੇਰ ਕੋਟਲੇ ਦਾ ਪਹਿਲਾ ਨਾਮ ਕੇਵਲ ਮਲੇਰ ਸੀ ਤੇ 15ਵੀਂ ਸਦੀ ਵਿੱਚ ਇਹ ਸ਼ਹਿਰ ਚੰਗਾ ਵਸਦਾ ਰਸਦਾ ਸੀ ਸ਼ੇਰ ਮੁਹੰਮਦ ਦੇ ਵਡੇਰਿਆਂ ਨੇ ਜਦੋਂ ਉੱਥੇ ਕਿਲਾ ਉਸਾਰ ਲਿਆ ਤਾਂ ਇਸ ਨੂੰ ਮਲੇਰ ਕੋਟਲਾ ਕਿਹਾ ਜਾਣ ਲੱਗਾ भाई रतन सिंह पंगू समेत पुराने इतिहासकार इस शहर के वसनीकों मलेरिए करते शहर के वसनीक दसते हैं कि ना केवल नवाब मलेर कोटला ने हाद का नारा मारिया सगों साहेबजाद की जान बख्शी औरंगजेब एक खत भी लिखा ये खत प्रोफेसर मुहम्मद रफ़ी सरकारी कॉलेज मलेरकोटला वाले पास पिया है नकल डॉक्टर ਅਮਰਵੰਤ ਸਿੰਘ ਪਾਸ ਵੀ ਹਨ ਤੇ ਉਹਨਾਂ ਨੇ ਇਸ ਦਾ ਪੰਜਾਬੀ ਤਰਜਮਾ ਕੀਤਾ ਹੈ ਅਸੀਂ ਇੱਥੇ ਖਤ ਦਾ ਪੰਜਾਬੀ ਅਰਥ ਲਿਖ ਰਹੇ ਹਾਂ ਉਂਜ ਬਹੁਤ ਸਾਰੇ ਵਿਦਵਾਨਾਂ ਨੇ ਸਮੇਤ ਮੁਸਲਮਾਨ ਵਿਦਵਾਨਾਂ ਦੇ ਇਸ ਖਤ ਦੀ ਪਰਮਾਣਿਕਤਾ ਉੱਪਰ ਕਿੰਤੂ ਵੀ ਉਠਾਏ ਹਨ ਇਹਨਾਂ ਕਿੰਤੂਆਂ ਬਾਰੇ ਕਦੀ ਫਿਰ ਲਿਖਾਂਗੇ ਹਾਲ ਦੀ ਕੜੀ ਇਸ ਦਾ ਪਾਠ ਸੁਣੋ ਨਵਾਬ ਸ਼ੇਰ ਮੁਹੰਮਦ ਖਾਨ ਦਾ ਖਤ ਬਨਾਮ ਔਰੰਗਜ਼ੇਬ ਅਰਜ਼ਦਾਸਤ ਹਜ਼ੂਰ ਇਸ ਸੰਸਾਰ ਵਿੱਚ ਰਹਿਮ ਕਰਨ ਲਈ ਆਏ ਸਨ ਤੇ ਜ਼ੁਲਮ ਦੇ ਖਿਲਾਫ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਖਾਨਦਾਨ ਵੱਲ ਤਵਜੋ ਦੇਣੀ ਬਣਦੀ ਸੀ ਪਰ ਹਾਕਮ ਸਰਹੰਦ ਨੇ ਸਾਹਿਬਜ਼ਾਦਿਆਂ ਲਈ ਮੌਤ ਦਾ ਹੁਕਮ ਸੁਣਾਇਆ ਨਾ ਕੀਤੇ ਗੁਨਾਹਾਂ ਸਦਕਾ ਦੀਵਾਰ ਵਿੱਚ ਚਿਨਣ ਦਾ ਹੁਕਮ ਕੀਤਾ ਹੈ ਬੇਸ਼ੱਕ ਹਾਕਮ ਦਾ ਹੁਕਮ ਅਟਲ ਹੁੰਦਾ ਹੈ ਕਿਸੇ ਦੀ ਤਾਕਤ ਨਹੀਂ ਕਿ ਉਸ ਦੇ ਉਲਟ ਬੋਲੇ पर अर्ज़ है कि जिले सुबहानी अपनी शान बरकरार रखते हुए थोड़ी सज़ा दे के ताड़ना कर देन तद ठीक है पर जान लैनी हद तो गुजरना है जो किसे किसी हुक्मरानू नहीं सौंपता कि अपराधी का बदला उस दे बच्चों तो लिया जाए जो मुकाबले विच नहीं खिलो सकते इस निका दिलों में हुकूमत ले अदब खत्म हो जाएगा अच्छा है बच्चों की जान बख्श दिखी जाए ਇਹ ਕਾਇਦ ਵਿੱਚ ਰੱਖੇ ਜਾ ਸਕਦੇ ਹਨ ਕਿ ਸੁਧਰ ਸਕਣ ਏਡੀ ਵੱਡੀ ਹੋਣ ਜਾ ਰਹੀ ਦੁਰਘਟਨਾ ਉੱਪਰ ਇਤਰਾਜ਼ ਕਰਨ ਤੋਂ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਜਿਸ ਸਦਕਾ ਮੈਨੂੰ ਮaaf ਕੀਤਾ ਜਾਏ ਦਸਤਖਤ ਅਤੇ ਮੋਹਰ ਇਹ ਖਤਨਾਵੀ ਲਿਖਿਆ ਹੋਵੇ ਤਦ ਵੀ ਸ਼ੇਰ ਮੁਹੰਮਦ ਖਾਨ ਦੇ ਨਾਮ ਦਾ ਸਤਕਾਰ ਸਿੱਖਾਂ ਦੇ ਮਨਾਂ ਵਿੱਚ ਹੈ ਸਿੱਖਾਂ ਨੇ ਉਸ ਦੀ ਯਾਦ ਵਿੱਚ ਗੁਰਦੁਆਰਾ ਹਾ ਦਾ ਨਾਰਾ ਉਸਾਰਿਆ ਹੋਇਆ ਹੈ ਬੇਅੰਤ ਸੰਕਟ ਵਿੱਚ ਵੀ ਸਿੱਖਾਂ ਨੇ ਖਤਰੇ ਸਹੇੜ ਕੇ ਮਲੇਰਕੋਟਲੇ ਦੇ ਮੁਸਲਮਾਨਾਂ ਨੂੰ ਬਚਾਇਆ ਕਿਸੇ ਸਿੱਖ ਦੀਆਂ ਪ੍ਰਾਪਤੀਆਂ ਦੀ ਯਾਦਗਾਰ ਵਜੋਂ ਸੰਸਾਰ ਵਿੱਚ ਮੁਸਲਮਾਨਾਂ ਨੇ ਕਿਦਰੇ ਮਸਜਿਦ ਉਸਾਰੀ ਹੋਵੇ ਮੈਨੂੰ ਇਸ ਦੀ ਜਾਣਕਾਰੀ ਨਹੀਂ ਪਰ ਸਿੱਖ ਇਸ ਪੱਖੋਂ ਪ੍ਰਸ਼ੰਸਾ ਦੇ ਹੱਕਦਾਰ ਹਨ ਮੇਰਾ ਨਿੱਜੀ ਵਿਚਾਰ ਹੈ ਕਿ ਪੰਜਾਬ ਵਿੱਚ ਸਰਕਾਰ ਭਾਵੇਂ ਕਦੀ ਅਕਾਲੀਆਂ ਦੀ ਆਵੇ ਭਾਵੇਂ ਕਾਂਗਰਸ ਦੀ ਜਾਂ ਕਿਸੇ ਹੋਰ ਦੀ शेख अहमद सरहदी दे रोज़ा शरीफ हरगिज़ ग्रांटा नहीं दिखा जा चाहिए उसने नाकबिल मुआफी गुनाह किया होया है जिस उपर जन तक धन हरगिज़ नहीं रोड़ना चाहिए मुसलमाना होर किसी स्थान उपर कोई जो मर्जी जिनी मर्जी सेवा करे करावे प्रशंसाजनक होगी सरहद विखे इस शेख दे मजार उपर बिल्कुल नहीं ਪੰਜਵੇਂ ਪਾਤਸ਼ਾਹ ਦਾ ਕਤਲ ਅਸਮਾਨ ਜਿੱਡਾ ਵੱਡਾ ਅਪਰਾਧ ਹੈ 2008 ਈਸਵੀ ਦੁਨੀਆ ਵਿੱਚ ਸਿੱਖਾਂ ਨੇ ਦਸਮ ਪਾਤਸ਼ਾਹ ਜੀ ਦਾ 300 ਸਾਲਾ ਜੋਤੀ ਜੋਤ ਸ਼ਤਾਬਦੀ ਦਿਵਸ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਸ਼ਤਾਬਦੀ ਮਨਾਈ ਅਮਰੀਕਾ ਕੈਨੇਡਾ ਦੀ ਸੰਗਤ ਨੇ ਭਾਰਤ ਵਿੱਚੋਂ ਕਈ ਵਿਦਵਾਨ ਸੱਦੇ ਜਿੰਨਾ ਵਿੱਚ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਹਰ ਵੀਕਐਂਡ ਕਿਸੇ ਸ਼ਹਿਰ ਦੇ ਗੁਰਦੁਆਰੇ ਲੈਕਚਰ ਹੁੰਦੇ ਵਾਸ਼ਿੰਗਟਨ ਸ਼ਹਿਰ ਦੇ ਪਤਵੰਤੇ ਸੱਜਣ ਆਏ ਕਹਿਣ ਲੱਗੇ ਅਸੀਂ ਪ੍ਰਾਇਮਰੀ ਸਕੂਲ ਦੇ ਟੀਚਰ ਹਾਂ ਸਾਡੇ ਸਕੂਲਾਂ ਦੇ ਗੈਰ ਸਿੱਖ ਬੱਚਿਆਂ ਨੂੰ ਪਤਾ ਨਹੀਂ ਲੱਗਦਾ ਮੁ슬ਮਾਨਾਂ ਅਤੇ ਸਿੱਖਾਂ ਵਿੱਚ ਕੀ ਫਰਕ ਹੁੰਦਾ ਤੁਸੀਂ ਸਾਡੇ ਨਜ਼ਦੀਕ ਆਏ ਹੀ ਹੋਏ ਹੋ ਸਾਡੇ ਸਕੂਲ ਗੇੜਾ ਲਾ ਲਵੋ ਬੱਚਿਆਂ ਨੂੰ ਕੁਝ ਲਾਭ ਮਿਲੇ ਅਸੀਂ ਜਾ ਰਹੇ ਸਾਂ ਮੈਂ ਸੋਚਿਆ ਇੰਨੇ ਛੋਟੇ ਬੱਚਿਆਂ ਨੂੰ ਨਾ ਇਤਿਹਾਸ ਵਿੱਚ ਰੁਚੀ ਨਾ ਫਲਸਫੇ ਵਿੱਚ ਕੀ ਗੱਲ ਕਰਾਂਗਾ ਸੋਚਿਆ ਬੱਚਿਆਂ ਨੂੰ ਬੱਚਿਆਂ ਦੀਆਂ ਗੱਲਾਂ ਦਿਲਚਸਪ ਲੱਗਦੀਆਂ ਹੁੰਦੀਆਂ ਹਨ ਕਿਉਂ ਨਾ ਛੋਟੇ ਸਾਹਿਬਜ਼ਾਦਿਆਂ ਦੀ ਸਾਖੀ ਸੁਣਾਈ ਜਾਵੇ ਬਾਕੀ ਬੁਲਾਰਿਆਂ ਨੇ ਆਪੋ ਆਪਣੀ ਗੱਲ ਸੋਹਣੇ ਤਰੀਕੇ ਨਾਲ ਕਹੀ ਮੈਂ ਸਾਹਿਬਜ਼ਾਦਿਆਂ ਦੀਆਂ ਗੱਲਾਂ ਸੁਣਾਈਆਂ ਫਿਰ ਪੁੱਛਿਆ ਕਿਸੇ ਦਾ ਕੋਈ ਸਵਾਲ ਚੌਥੀ ਜਮਾਤ ਦਾ ਇੱਕ ਬੱਚਾ ਕਹਿੰਦਾ ਕੋਈ ਸਵਾਲ ਨਹੀਂ ਮੈਂ ਤੁਹਾਡੀਆਂ ਗੱਲਾਂ ਧਿਆਨ ਨਾਲ ਸੁਣੀਆਂ ਸੁਣਦਿਆਂ ਮੇਰਾ ਦਿਲ ਕਰਦਾ ਰਿਹਾ ਉਹ ਜਿਹੜੇ ਛੋਟੇ ਰਾਜਕੁਮਾਰ ਜਿਉਂਦੇ ਨੀਹਾਂ ਵਿੱਚ ਜਣੇ ਗਏ ਸਨ ਉਹਨਾਂ ਵਿੱਚ ਇੱਕ ਮੈਂ ਹੋਣਾ ਚਾਹੀਦਾ ਸੀ ਬਹੁਤ ਬਹੁਤ ਸ਼ੁਕਰੀਆ